ترجمة
ਫਿਰ ਧੰਨਵਾਦ ਕਰਦਾ ਸਾਡੇ ਪਾਪੀ ਭੈਣ ਜੀ ਸਾਰੀ ਸੰਗਤ ਦਾ ਮੇਰੀਆਂ ਧੀਆਂ ਭੈਣਾਂ ਮਾਵਾਂ ਦਾ ਵੀਰਾਂ ਬਜ਼ੁਰਗਾਂ ਬੱਚਿਆਂ ਦਾ ਔਰ ਇੱਥੋਂ ਦੇ ਜਿੰਨੇ ਵੀ ਕਲਾਕਾਰ ਕਿਉਂਕਿ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਹਰੇਕ ਪਿੰਡ ਦੇ ਵਿੱਚ ਬਹੁਤ ਹੈ ਅੱਗੇ ਇੱਕ ਦੇ ਥੱਲੇ ਹੁੰਦੇ ਸੀ ਹੁਣ ਇੱਟਾਂ ਦੱਬੀਆਂ ਕਲਾਕਾਰਾਂ ਨੇ ਸਰਕਾਰ ਦੇ ਨਾਲ ਬਹੁਤ ਸਾਰਾ ਸ਼ੀਨਾ ਹੈ
ਕਿ ਜਦੋਂ ਕਿਸੇ ਰਿਸ਼ਤੇਦਾਰ ਦੇ ਸ਼ਾਦੀ ਹੋਵੇ ਨਾ ਉਹਦੇ ਜਿਹੜੇ ਨਾਲ ਕੇ ਹੁੰਦੇ ਆ ਉਹ ਸਿਰਾਂ ਲੈ ਕੇ ਆਉਂਦੇ ਹੁੰਦੇ ਆ ਜਾਂ ਦਾਤ ਕੇ ਹੁੰਦੇ ਆ ਜੋ ਵੀ ਉਹਨਾਂ ਦੀ ਰਸਮਾਂ ਹੁੰਦੀਆਂ ਉਹ ਕਰਦੇ ਆ ਪਰ ਅੱਜ ਜਿਹੜੀਆਂ ਰਸਮਾਂ ਆ ਉਹ ਰਸਮਾਂ ਜਿਹੜੀਆਂ ਅੱਜ ਸਾਰੀ ਸੰਗਤ ਨੇ ਕਰਨੀਆਂ ਕਿਦਾਂ ਕਰਨੀਆਂ ਹੁੰਦੀਆਂ ਨਸੀਬਾਂ Yeah.
ਹੁਣ ਮਰਾਸੀਆਂ ਦੀ ਵੀ ਕਲਾਕਾਰੀ ਕਿਸੇ ਦੇ ਪਿਓ ਦੀ ਮਾਸਟਰ ਸਲੀਮ ਇੱਕ ਗੱਲ ਕਹਿੰਦਾ ਸੀ ਕਹਿੰਦਾ ਮਰਨੀ ਮਰ ਜਾਓ ਪਰ ਸੁਰ ਨਹੀਂ ਜਾਣਾ ਚਾਹੀਦਾ ਉਹੀ ਹਾਲ ਹੈ ਬੇਸ਼ੱਕ ਅਸੀਂ ਮਰਾਸੀਆਂ ਦੇ ਘਰ ਜੰਮੇ ਨਹੀਂ ਪਰ ਜਿਹੜਾ ਬਾਲਕ ਨੇ ਗੁਣ ਦਿੱਤਾ ਜਿਹਦਾ ਕਰਨਾ ਤਾਂ ਉਹਨੂੰ ਪੂਰਾ ਕਰਨਾ ਨਹੀਂ ਕਰਨਾ ਤਾਂ ਸ਼ਿਰਕ ਹੈ ਜੀ Yeah.
ਪਾਣੀ ਮੱਛਣੀ ਤਾਂ ਲਾਜ਼ਮੀ ਹੁੰਦੀ ਆ ਜਿਹਨੂੰ ਜਿਹਨੂੰ ਵੀ ਬਾਬਾ ਜੀ ਦੇ ਮੇਲੇ ਦਾ ਚਾਹ ਆ ਉਹ ਆਪੋ ਆਪਣੀ ਜਗ੍ਹਾ ਤੇ ਨੱਚ ਕੇ ਹਾਜ਼ਰੀ ਵੀ ਲਾ ਸਕਦਾ ਕਿਸੇ ਨੂੰ ਕੋਈ ਬੰਨੋਗਿਰੀ ਨਹੀਂ ਲੋਕ ਬੁੱਲੇ ਨੂੰ ਮੱਤਾ ਦਿੰਦੇ ਆ ਕੀ ਸ਼ਕਲ ਬਣਾਈ ਤੇ ਜਿਸ ਵੇਲੇ ਬਾਬਾ ਬੁੱਲੇ ਸ਼ਾਹ ਜੀ ਦੇ ਮੁਰਸ਼ਦ ਬਾਬਾ ਬੁੱਲੇ ਸ਼ਾਹ ਜੀ ਦੇ ਨਾਲ ਨਾਰਾਜ਼ ਹੋ ਗਏ ਨਾ ਬਾਬਾ ਬੁੱਲੇ ਸ਼ਾਹ ਨੂੰ ਪੀਰ ਬਾਬਾ ਸ਼ਾਹ ਇਨਾਇਤ ਜੀ ਨੇ ਆਪਣੇ ਡੇਰੇ ਤੋਂ ਬਾਹਰ ਕੱਢ ਦਿੱਤਾ ਕਿ ਜਾ ਤੂੰ ਮੇਰੇ ਡੇਰੇ ਵਿੱਚ ਨਾ ਵੜੀ ਤੇ ਉਸ ਵੇਲੇ ਬਾਬਾ ਬੁੱਲੇ ਸ਼ਾਹ ਜੀ ਜਦੋਂ ਦੇਖਦੇ ਕਿ ਮੇਰੇ ਮੁਰਸ਼ਦ ਦਾ ਮੇਲਾ ਨੇੜੇ ਆ ਗਿਆ ਸੈਯਦ ਹੋ ਕੇ ਕੰਜਰਾਂ ਦੇ ਘਰ ਜਾ ਕੇ ਨੌਕਰ ਹੋ ਗਏ ਬਾਬਾ ਬੁੱਲੇ ਸ਼ਾਹ ਜੀ ਜਿਸ ਵੇਲੇ ਬਾਬਾ ਬੁੱਲੇ ਸ਼ਾਹ ਜੀ ਕੰਜਰਾਂ ਦੇ ਘਰ ਜਾ ਕੇ ਨੌਕਰ ਹੋ ਗਏ ਤੇ ਆਖਣ ਲੱਗੇ ਮੇਰੇ ਮੁਰਸ਼ਦ ਦਾ ਉਸ ਨੇੜੇ ਆ ਗਿਆ ਮੇਰੇ ਮੁਰਸ਼ਦ ਦਾ ਮੇਲਾ ਨੇੜੇ ਆ ਗਿਆ ਤੁਸੀਂ ਮੇਰੇ ਨਾਲ ਚੱਲੋ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਜਾਣੀਆਂ ਤੇ ਮੈਨੂੰ ਦੀਦਾਰ ਹੋ ਜਾਓ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਉਸ ਵੇਲੇ ਬਾਬਾ ਬੁੱਲੇ ਸ਼ਾਹ ਜੀ ਨੇ ਕੰਜਰੀਆਂ ਵਾਲਾ ਭੇਸ ਬਣਾਇਆ ਜਿਹਨੂੰ ਅੱਜ ਕੱਲ੍ਹ ਲੋਕੀ ਨਕਲਾਂ ਕਹਿੰਦੇ ਆ ਉਸ ਨਕਲਾਂ ਦੇ ਵਿੱਚ ਤੇ ਅੱਜ ਦੀਆਂ ਨਕਲਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਕਿੱਦਾਂ ਪੈ ਗਿਆ ਉਹਨਾਂ ਨੇ ਸਿਰਫ ਤੇ ਸਿਰਫ ਆਪਣੇ ਮੁਰਸ਼ਦ ਨੂੰ ਮਨਾਉਣ ਦੀ ਖਾਤਰ ਇਹ ਬਾਣਾ ਪਾਇਆ ਸੀ ਪਰ ਅੱਜ ਕੱਲ੍ਹ ਮੇਰੇ ਵਰਗੇ ਬੇਵਕੂਫ ਦਾੜੀ ਕਟਾ ਲੈਂਦੇ ਆ ਕਹਿੰਦੇ ਆ ਕਿ ਨਕਲਾਂ ਵਾਲਿਆਂ ਨੂੰ ਪੈਸੇ ਬਹੁਤ ਬਣਦੇ ਆ ਨਕਲਾਂ ਦਾ ਮੈਨੂੰ ਵੀ ਇੱਕ ਦੋ ਜਣੇ ਨੇ ਕਿਹਾ ਅਮਨ ਭਾਜੀ ਨਕਲਾਂ ਦੀ ਪਾਰਟੀ ਬਣਾ ਲੈਂਦੇ ਮੈਂ ਕਿਹਾ ਮੇਰੇ ਤੋਂ ਨਹੀਂ ਹੋਣਾ ਅਸੀਂ ਘਰ ਘਰ ਜਾਣਾ ਅਸੀਂ ਧੀਆਂ ਧੀਆਂ ਪੁੱਤਾਂ ਵਾਲੇ ਹਾਂ ਸਾਡੇ ਕੋਲੋਂ ਇਹ ਕੰਮ ਨਹੀਂ ਹੋਣਾ ਉੱਥੇ ਮੇਰੀ ਭੈਣ ਬੈਠੀ ਹੁੰਦੀ ਆ ਉੱਥੇ ਮੇਰੀ ਮਾਂ ਬੈਠੀ ਹੁੰਦੀ ਉੱਥੇ ਸਾਡੀ ਧੀ ਬੈਠੀ ਹੁੰਦੀ ਆ ਉੱਥੇ ਹੀ ਉਹ ਇਹੋ ਜਿਹੇ ਸ਼ਬਦ ਬੋਲਦੇ ਆ ਕਿ ਜਿਹੜੇ ਨਾ ਸੁਣਨ ਵਾਲੇ ਹੋਣ ਲੋਕ ਬੁੱਲੇ ਨੂੰ ਮੱਤਾ ਦਿੰਦੇ ਉਹ ਬੁੱਲਿਆ ਆ ਕੀ ਸ਼ਕਲ ਬਣਾਈ ਤੇ ਕੰਨਾਂ ਚ ਵਾਲੇ ਪੈਰੀ ਛਾਂਜਰ ਆ ਪਿੱਛੇ ਗੋਦਰ ਮਕਾਈ ਤੈ ਅੱਗੇ ਬਾਬਾ ਬੁੱਲੇ ਸ਼ਾਹ ਕਹਿੰਦੇ ਆ ਜਦੋਂ ਰੱਸਿਆ ਮਨ ਗਿਆ ਯਾਰ ਤੇ ਰੌਲਾ ਮੁੱਕ ਜਾਂਦਾ ਜਦੋਂ ਮਨ ਜਾਵੇ ਸਰਕਾਰ ਤੇ ਰੌਲਾ ਮੁੱਕ ਜਾਂਦਾ ਸਾਡੇ ਵਰਗਿਆਂ ਦਾ ਰੌਲਾ ਸਿਰਫ ਉਦੋਂ ਹੀ ਮੁੱਕਦਾ ਚੱਕ ਬੰਦੇ ਦੇ ਗਰੀਚਾ ਤੇ ਰੌਲਾ ਮੁੱਕ ਜਾਂਦਾ ਆ ਮਨ ਜਾਵੇ ਸਰਕਾਰ ਤੇ ਰੌਲਾ ਮੁੱਕ ਜਾਂਦਾ ਮੁੱਕ ਜਾਂਦਾ ਮੁੱਕ ਜਾਂਦੇ ਇੱਕ ਬੁੱਲੇ ਨੂੰ ਨਚਾਵੇ ਨਚਾਵੇ ਬੁੱਲੇ ਨੂੰ ਨਚਾਵੇ ਇੱਕ ਬੁੱਲੇ ਨੂੰ ਨਚਾਵੇ ਯਾਰ ਕਿਹੜਾ ਪੈਂਦਾ ਏ ਦਰਬਾਰ ਤੇ ਐਦਾਂ ਬਹਿ ਜਾਂਦਾ ਇਹ ਨੀ ਪੀਰ ਮੰਨਣਾ ਸੀ
ਉਹਨੇ ਜਾ ਕੇ ਆਪਣੇ ਮੁਰਸ਼ਦ ਦੇ ਦਰ ਤੇ ਨੱਚ ਕੇ ਪੀਰ ਨੂੰ ਮਨਾਇਆ ਸੀ ਕਹਿੰਦਾ ਉਹ ਬੁੱਲਾ ਯਾਦ ਰੇ ਰੇ Yeah.
ਕਿਹੜਾ ਕਿਹੜਾ ਖਾਣ ਪੀਣ ਤੋਂ ਬਿੰਦਾ ਹੋ ਗਿਆ ਹੱਥ ਖੜੇ ਕਰ ਦਿਓ ਉਹ ਸੰਗਣਾ ਨਹੀਂ ਗਈ ساري سانكتي سيفا كتير ساري بامي انتي سيدي اون جاكي ساري بابا كاتي مهاراجي دا بول ساري برباركي ساري بابا كاتي مهاراجي دا بول ساري برباركي نرملا انتي ساري جاكارا مكاماري ساري دا بول ساري برباركي ਹੁਣ ਸਾਡੇ ਪ੍ਰਿੰਸੀਪਲ ਜੀ ਸਤਿਗੁਰੂ ਬਾਬਾ ਖੈਲੀ ਜੀ ਮਹਾਰਾਜ ਜੀ ਦੇ ਮੇਲੇ ਤੇ ਇਹਨਾਂ ਨੇ ਲਾਈਵ ਕੀਤਾ ਸੀ ਜੈਕਾਰਾ ਸਤਿਗੁਰੂ ਬਾਬਾ ਖੈਲੀ ਜੀ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈਕਾਰਾ ਮਕਾਮਾਂ ਵਾਲੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ